ਸਤਿ ਸ਼੍ਰੀ ਅਕਾਲ ਸਟੂਡੈਂਟਸ, ਧੀਮਾਨ ਅਕੈਡਮੀ 'ਚ ਤੁਹਾਡਾ ਸਵਾਗਤ ਹੈ। ਹੁਣ ਅਸੀਂ ਪੰਜਾਬੀ ਸਟੈਨੋ 80 ਸਪੀਡ ਸਟਾਰਟ ਕਰਦੇ ਹਾਂ। ਰੈਡੀ ਸਟਾਰਟ। ਇਸ ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਨਹਿਰੀ ਵਿਭਾਗ ਵਿੱਚ ਕੰਮ ਕਰਦਾ ਕਲਰਕ ਸ਼੍ਰੀ ਬਲਵੀਰ ਸਿੰਘ ਪਿਛਲੇ ਸਾਲ ਤੋਂ ਬਿਨਾਂ ਆਗਿਆ ਡਿਊਟੀ ਤੋਂ ਗੈਰ ਹਾਜ਼ਰ ਹੈ। ਡੰਡੀ ਉਸ ਵੱਲੋਂ ਛੁੱਟੀ ਵਿੱਚ ਵਾਧੇ ਬਾਰੇ ਦਿੱਤੀਆਂ ਦਰਖਾਸਤਾਂ ਦੇ ਸਨਮੁੱਖ ਉਸ ਨੂੰ ਦਫ਼ਤਰ ਹਾਜ਼ਰ ਹੋਣ ਦੀ ਹਦਾਇਤ ਕਰਦੇ ਹੋਏ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜੇਕਰ ਉਹ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਨੂੰ ਬਿਨਾਂ ਆਗਿਆ ਗੈਰ ਹਾਜ਼ਰ ਕਰਾਰ ਦੇ ਦਿੱਤਾ ਜਾਵੇਗਾ ਅਤੇ ਉਸ ਵਿਰੁੱਧ ਨਿਯਮਾਂ ਅਨੁਸਾਰ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾਵੇਗੀ। ਡੰਡੀ ਇਸ ਦੇ ਬਾਵਜੂਦ ਉਹ ਆਪਣੀ ਡਿਊਟੀ 'ਤੇ ਨਹੀਂ ਪਹੁੰਚਿਆ। ਡੰਡੀ ਉਸ ਨੂੰ ਨਿਯਮਾਂ ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਅਤੇ ਉਸ ਦੀ ਇੱਕ ਕਾਪੀ ਉਸਦੇ ਘਰ ਦੇ ਪਤੇ 'ਤੇ ਭੇਜੀ ਗਈ ਜੋ ਕਿ ਡਾਕ ਵਿਭਾਗ ਵੱਲੋਂ ਇਸ ਕਥਨ ਨਾਲ ਵਾਪਸ ਪ੍ਰਾਪਤ ਹੋਈ ਹੈ ਕਿ ਸੰਬੰਧਿਤ ਵਿਅਕਤੀ ਘਰ ਨਹੀਂ ਮਿਲਦਾ। ਡੰਡੀ ਅਜਿਹੀ ਸਥਿਤੀ ਵਿੱਚ ਦੋਸ਼ ਸੂਚੀ ਦੀ ਇੱਕ ਕਾਪੀ ਕਰਮਚਾਰੀ ਦੇ ਘਰ ਦੇ ਦਰਵਾਜ਼ੇ 'ਤੇ ਵੀ ਚਿਪਕਾ ਦਿੱਤੀ ਗਈ ਪਰ ਜਦੋਂ ਕਰਮਚਾਰੀ ਵੱਲੋਂ ਇਸ ਦਾ ਵੀ ਕੋਈ ਉੱਤਰ ਨਾ ਦਿੱਤਾ ਗਿਆ ਤਾਂ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਵਾਉਣ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਜਿਸ ਨੇ ਆਪਣੀ ਰਿਪੋਰਟ ਵਿੱਚ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਇਆ। ਡੰਡੀ ਅਚਾਨਕ ਪਿਛਲੇ ਮਹੀਨੇ ਦੀ 4 ਤਰੀਕ ਨੂੰ ਦੋਸ਼ੀ ਕਰਮਚਾਰੀ ਨੇ ਆਪਣੀ ਡਿਊਟੀ 'ਤੇ ਹਾਜ਼ਰ ਹੋ ਕੇ ਇਹ ਲਿਖਤੀ ਬਿਆਨ ਦਿੱਤਾ ਕਿ ਉਹ ਹੁਣ ਉਸਦੀ ਸਿਹਤ ਠੀਕ ਹੈ ਅਤੇ ਉਸਦੇ ਘਰੇਲੂ ਕੰਮ ਵੀ ਲਗਭਗ ਮੁਕੰਮਲ ਹੋ ਗਏ ਹਨ ਇਸ ਲਈ ਭਵਿੱਖ ਵਿੱਚ ਉਹ ਬਾਕਾਇਦਗੀ ਨਾਲ ਆਪਣੀ ਡਿਊਟੀ ਨਿਭਾਏਗਾ। ਪਰੰਤੂ ਕਰਮਚਾਰੀ ਮੁੜ ਪਿਛਲੇ ਮਹੀਨੇ ਦੀ 15 ਤਾਰੀਖ ਤੋਂ ਆਪਣੀ ਡਿਊਟੀ ਤੋਂ ਨਿਰੰਤਰ ਗੈਰ ਹਾਜ਼ਰ ਹੈ। ਡੰਡੀ ਇਸ ਸਮੇਂ ਦੌਰਾਨ ਵੀ ਉਸਨੂੰ ਪੂਰੇ ਮੌਕੇ ਦਿੱਤੇ ਗਏ ਪਰ ਉਸ ਨੇ ਇਸ ਸੰਬੰਧੀ ਨਾ ਕੋਈ ਜਵਾਬ ਭੇਜਿਆ ਹੈ ਅਤੇ ਨਾ ਹੀ ਪੜਤਾਲੀਆ ਅਫਸਰ ਸਾਹਮਣੇ ਪੇਸ਼ ਹੋਇਆ ਹੈ। ਡੰਡੀ ਸਥਿਤੀ ਨੂੰ ਦੇਖਦਿਆਂ ਹੋਇਆਂ ਅਖਬਾਰਾਂ ਵਿੱਚ ਵੀ ਪਬਲਿਕ ਨੋਟਿਸ ਦਿੱਤਾ ਗਿਆ ਅਤੇ ਕਰਮਚਾਰੀ ਨੂੰ ਵੀ ਰਜਿਸਟਰਡ
ਪੱਤਰ ਰਾਹੀਂ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ। ਡੰਡੀ ਇਸ ਵਾਰੀ ਵੀ ਇਹ ਰਜਿਸਟਰਡ ਪੱਤਰ ਪੋਸਟਲ ਅਥਾਰਟੀ ਵੱਲੋਂ ਇਸ ਸੰਕੇਤ ਨਾਲ ਅਣਵੰਡਿਆ ਪ੍ਰਾਪਤ ਹੋਇਆ ਕਿ ਐਡਰੈਸੀ ਇੱਥੇ ਨਹੀਂ ਰਹਿੰਦਾ। ਡੰਡੀ ਇਸ ਲਈ ਪੜਤਾਲੀਆ ਅਫਸਰ ਵੱਲੋਂ ਭੇਜੀ ਗਈ ਰਿਪੋਰਟ ਅਤੇ ਹੋਰ ਦਸਤਾਵੇਜ਼ਾਂ ਨੂੰ ਵਿਚਾਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਕਰਮਚਾਰੀ ਨੂੰ ਨੌਕਰੀ ਤੋਂ ਡਿਸਮਿਸ ਕਰਨ ਤੋਂ ਪਹਿਲਾਂ ਉਸ ਨੂੰ ਅਖਬਾਰ ਰਾਹੀਂ ਅੰਤਿਮ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਜਾਵੇ ਕਿ ਜੇ ਉਹ ਇਸ ਬਾਰੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਤੁਰੰਤ ਇਸ ਦਫ਼ਤਰ ਨੂੰ ਸੂਚਿਤ ਕਰੇ, ਵਰਨਾ ਉਸ ਵਿਰੁੱਧ ਉਪਰੋਕਤ ਸੁਝਾਏ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਡੰਡੀ।